एक स्विमिंग पूल दे विच डुबण कारण 6 साल दे बच्चे दी मौत हो जाण दा मामला सामने आया ते सिद्धे ही इल्जाम जो ने उस स्विमिंग पूल दे प्रबंधकां दे उत्ते लगे ने। दस्या जा रहा है कि कोई भी उत्ते सावधानी नहीं बरती जा रही थी, जिस दे कारण 6 साल दे बच्चे दी मौत हो गई है। तां दस दिए कि घटना सीसीटीवी विच कैद हुई है, तस्वीरां साफ देखा जा सकदा है कि स्विमिंग पूल दे विच ਇਹ ਬੱਚਾ ਜੋ ਹੈ ਉਹ ਤੈਰਦਾ ਨਜ਼ਰ ਆ ਰਿਹਾ ਅਤੇ ਫਿਰ ਠੀਕ ਉਸ ਤੋਂ ਬਾਅਦ ਦੇ ਵਿੱਚ ਕਿਹਾ ਜਾ ਰਿਹਾ ਕਿ ਅਚਾਨਕ ਹੀ ਇਹ ਨੀਚੇ ਡੁੱਬ ਜਾਂਦਾ ਹੈ। ਹਾਲਾਂਕਿ ਮੌਕੇ ਦੇ ਉੱਤੇ ਕੋਈ ਵੀ ਉੱਥੇ ਸੁਰੱਖਿਆ ਮੁਲਾਜ਼ਮ ਮੌਜੂਦ ਨਹੀਂ ਸੀ ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਕਿਹਾ ਜਾ ਰਿਹਾ ਕਿ ਇਸ ਦੀ ਮੌਤ ਹੋ ਜਾਂਦੀ ਹੈ। ਹਾਲਾਂਕਿ ਘਟਨਾ ਦਾ ਖੁਲਾਸਾ ਉਸ ਸਮੇਂ ਹੁੰਦਾ ਹੈ ਜਦੋਂ ਲਾਸ਼ ਜੋ ਹੈ ਤੈਰਦੀ ਹੋਈ ਸਵਿਮਿੰਗ ਪੂਲ ਦੇ ਵਿੱਚ ਦਿਖਦੀ ਹੈ। ਮੌਕੇ ਦੇ ਉੱਤੇ ਸਿਕਿਉਰਿਟੀ ਗਾਰਡ ਪਹੁੰਚਦੇ ਨੇ ਅਤੇ ਉਸ ਨੂੰ ਬਾਹਰ ਕੱਢਿਆ ਜਾਂਦਾ ਹੈ। ਹਾਲਾਂਕਿ ਜਿਵੇਂ ਹੀ ਲਾਸ਼ ਦਿਖਦੀ ਹੈ ਤਾਂ ਇੱਕ ਸ਼ਖਸ ਸਵਿਮਿੰਗ ਪੂਲ ਦੇ ਅੰਦਰ ਵੜਦਾ ਹੋਇਆ ਵੀ ਦਿਖਾਈ ਦੇ ਰਿਹਾ ਹੈ ਅਤੇ ਜਦੋਂ ਤੱਕ ਕਿਹਾ ਜਾ ਰਿਹਾ ਕਿ ਉਹ ਬੱਚੇ ਨੂੰ ਬਾਹਰ ਕੱਢਿਆ ਜਾਂਦਾ ਉਦੋਂ ਤੱਕ ਉਸਦੀ ਮੌਤ ਹੋ ਗਈ ਸੀ। ਤਾਂ ਗੁਰੂਗ੍ਰਾਮ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਸਵਿਮਿੰਗ ਪੂਲ 'ਚ ਨਹਾਉਂਦੇ ਸਮੇਂ ਇੱਕ 6 ਸਾਲ ਦੇ ਬੱਚੇ ਦੀ ਮੌਤ ਹੋ ਗਈ ਜੋ ਕਿ ਪਹਿਲੀ ਕਲਾਸ ਦਾ ਵਿਦਿਆਰਥੀ ਦੱਸਿਆ ਜਾ ਰਿਹਾ ਅਤੇ ਮਾਪਿਆਂ ਨੇ ਸਿੱਧਾ ਹੀ ਹੁਣ ਕਲੱਬ ਦੇ ਸਟਾਫ 'ਤੇ ਲਾਪਰਵਾਹੀ ਦੇ ਇਲਜ਼ਾਮ ਲਾਏ ਨੇ। ਕਲੱਬ ਖਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਗੁਰੂਗ੍ਰਾਮ ਦੇ ਸੈਕਟਰ 37D ਦੇ BPTP ਪਾਰਕ ਸਿਰਿੰਗ ਦੀ ਘਟਨਾ ਹੈ। ਸੁਸਾਇਟੀ ਦੇ ਲੋਕਾਂ ਦਾ ਇਲਜ਼ਾਮ ਹੈ ਕਿ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਤਾਂ ਸੁਸਾਇਟੀ ਦੇ ਵਾਸੀਆਂ ਨੂੰ ਵੀ ਧਮਕਾਇਆ ਜਾ ਰਿਹਾ। ਤਾਂ ਗੁਰੂਗ੍ਰਾਮ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ 6 ਸਾਲ ਦੇ ਬੱਚੇ ਦੀ ਸਵਿਮਿੰਗ ਪੂਲ ਦੇ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਹਾਲਾਂਕਿ ਕਿਹਾ ਜਾ ਰਿਹਾ ਕਿ ਵੈਸੇ ਤਾਂ 6 ਸਾਲ ਦੇ ਬੱਚੇ ਤੱਕ ਐਂਟਰੀ ਨਹੀਂ ਹੁੰਦੀ, ਪਰ ਅਚਾਨਕ ਇਹ ਬੱਚਾ ਗਿਆ ਕਿਵੇਂ ਇਹ ਵੀ ਵੱਡਾ ਆਪਣੇ ਆਪ ਦੇ ਵਿੱਚ ਸਵਾਲ ਖੜਾ ਹੁੰਦਾ ਕਿ ਮੌਕੇ ਦੇ ਉੱਤੇ ਕੋਈ ਸੁਰੱਖਿਆ ਗਾਰਡ ਉੱਥੇ ਨਹੀਂ ਸੀ ਜੋ ਇਹ ਬੱਚਾ ਐਂਟਰੀ ਕਰ ਗਿਆ। ਹਾਲਾਂਕਿ ਹੁਣ ਪੁਲਿਸ ਜੋ ਹੈ ਮੌਕੇ ਦੇ ਉੱਤੇ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਐਸ ਪਰ ਵੀਡੀਓ ਜੋ ਹੈ ਵਹਾਂ ਸਵਿਮਿੰਗ ਪੂਲ ਮੇਂ ਉੱਪਰ ਤੈਰਤੀ ਰਹੀ ਹੈ, ਲੇਕਿਨ ਗਾਰਡ ਨਹੀਂ ਪਹੁੰਚਾ, ਜਾਕਿ 5 ਸੈਕਿੰਡ ਲਗਤੇ ਹੈ ਕਿਸੀ ਵੀ ਕੋਰਨਰ ਸੇ ਸਵਿਮਿੰਗ ਪੂਲ ਕੇ ਵਹਾਂ ਤੱਕ ਪਹੁੰਚਣੇ ਕੇ ਲੀਏ। ਕਿਤਨੇ ਵਜੇ ਕੀ ਘਟਨਾ ਹੈ ਯੇ ਘਟਨਾ ਮੁਝੇ ਤੋਂ ਪਤਾ ਲਗਾ 6 ਵਜੇ ਕੇ ਆਸ ਪਾਸ ਕੀ ਹੈ, 6:30 ਵਜੇ ਕੇ ਆਸ ਪਾਸ ਕੀ। ਔਰ ਇੱਕ ਔਰ ਪੁਆਇੰਟ, हमने ऑलरेडी क्लब की इनसफिशेंसी को लेके कोर्ट में इनके खिलाफ केस किया हुआ है, जिसकी सितंबर में हियरिंग है, और उसमें स्विमिंग पूल का भी हमने पॉइंट डाला है कि स्विमिंग पूल में आपसे बहुत सारे लैप्सेस हैं। किस क्लास में पढ़ता है बच्चा? बच्चा अभी 5 ईयर का है, आई थिंक फर्स्ट में होगा वो, UKG। ठीक है, और दूसरा कि वो एरिया रिस्ट्रिक्टेड है, वहाँ पर पेरेंट्स की एंट्री के बगैर 5 साल का बच्चा नहीं जा सकता। लेकिन वहाँ पे गया, गार्ड बिल्कुल अंडर कैपेसिटी थे, वो इनकैपेबल थे बच्चे को सेव करने में। और अब जैसे ही पता लगा इंसिडेंस का, जितनी भी सिक्योरिटी है क्लब की, मैनेजमेंट है, वो सब चली गई है। और एक और पॉइंट, काबुल चावला BPTP से बिलोंग करता है, बिल्डर, उसने आगे एजेंसी को दिया हुआ है, थर्ड पार्टी को, जो कि क्लब की, उसके क्लब की स्विमिंग पूल को मेंटेन करती है। उस सिक्योरिटी, उस एजेंसी से कोई भी पर्सन यहाँ पर अभी मौजूद नहीं है, और किसी ने भी हमें ये मतलब कोई एश्योरेंस नहीं दिया है कि क्या है। सब के सब लोग यहाँ से इसके